ਪੰਜਾਬ ਸਰਕਾਰ ਜਿੱਥੇ ਕਣਕ ਦੀ ਖਰੀਦ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਨਜ਼ਰ ਆ ਰਹੀ ਹੈ, ਉੱਥੇ ਹੀ ਸੰਗਰੂਰ ਪ੍ਰਸ਼ਾਸਨ ਵੱਲੋਂ ਇਸ ਦਾ ਇੱਕ ਹੱਲ ਕੱਢਿਆ ਗਿਆ ਹੈ। ਸੰਗਰੂਰ ਪ੍ਰਸ਼ਾਸਨ ਨੇ ਇੱਕ ਇੰਸਟਰੂਮੈਂਟ ਤਿਆਰ ਕੀਤਾ ਹੈ, ਕੋਵਿਡ-19 ਸੁਰੱਖਿਆ ਸੰਸਥਾਨ, ਜਿੱਥੇ ਇੱਥੇ ਕਿਸਾਨ ਆਉਣਗੇ ਅਤੇ ਉਹਨਾਂ ਨੂੰ ਸੈਨੇਟਾਈਜ਼ ਕਰਕੇ ਮੰਡੀ ਦੇ ਵਿੱਚ ਭੇਜਿਆ ਜਾਊਗਾ। ਤੁਹਾਨੂੰ ਉਹਨਾਂ ਦਾ ਡੈਮੋਸਟ੍ਰੇਸ਼ਨ ਦਿਖਾਉਂਦੇ ਹਾਂ, ਡਿਪਟੀ ਕਮਿਸ਼ਨਰ ਨੇ ਉਹਨੂੰ ਲਾਂਚ ਕੀਤਾ ਹੈ, ਆਹ ਤੁਹਾਡੇ ਸਾਹਮਣੇ ਹੈ। ਇਹਨੂੰ ਬਿਨਾਂ ਹੱਥ ਲਾਏ, ਮਤਲਬ ਇਹ ਸਾਰਾ ਸਿਸਟਮ ਇਹੋ ਜਿਹਾ ਜਿੱਥੇ ਬਿਨਾਂ ਹੱਥ ਲਾਏ ਕੰਮ ਚੱਲੂਗਾ। ਸਭ ਤੋਂ ਪਹਿਲਾਂ ਟੈਪ 'ਤੇ ਪੈਰ ਰੱਖੋ, ਇੱਥੇ ਪਾਣੀ ਆਊਗਾ, ਪਾਣੀ ਨਾਲ ਹੈਂਡ ਵਾਸ਼ ਕਰੋਗੇ, ਹੈਂਡ ਵਾਸ਼ ਕਰਨ ਤੋਂ ਬਾਅਦ ਤੁਸੀਂ ਅੱਗੇ ਆਓਗੇ, ਅੱਗੇ ਇੱਕ ਸਿਸਟਮ ਤਿਆਰ ਕੀਤਾ ਗਿਆ ਜਿੱਥੇ ਉੱਥੇ ਸੈਨੇਟਾਈਜ਼ ਹੋਊਗਾ ਬੰਦਾ। ਤੁਹਾਨੂੰ ਦੱਸਦਿਆਂ ਆਹ ਸੈਨੇਟਾਈਜ਼ ਹੋ ਰਿਹਾ, ਇਹਦੇ ਵਿੱਚ ਬੰਦਾ ਸੈਨੇਟਾਈਜ਼ ਹੋ ਕੇ ਇੱਥੋਂ ਨਿਕਲੇਗਾ, ਬੰਦਾ ਨਿਕਲ ਕੇ ਬੰਦੇ ਨੂੰ ਅੱਗੇ ਹੈਂਡ ਵਾਸ਼ ਕਰਨ ਵਾਸਤੇ ਅਤੇ ਬਾਡੀ ਦੇ ਵਿੱਚ ਬਾਡੀ ਦੇ ਉੱਤੇ ਜਿਹੜਾ ਸੈਨੇਟਾਈਜ਼ ਲੱਗਿਆ ਉਹਨੂੰ ਸਾਫ਼ ਕਰਨ ਵਾਸਤੇ ਫੈਨ ਲੱਗਿਆ ਹੋਇਆ ਨੀਚੇ, ਅਤੇ ਆਟੋਮੈਟਿਕ, ਇੱਥੇ ਕੋਈ ਹੱਥ ਨਹੀਂ ਲੱਗੇਗਾ, ਇੱਥੇ ਆਟੋਮੈਟਿਕਲੀ ਹੈਂਡ ਵਾਸ਼ ਹੋਣਗੇ, ਇੱਥੇ ਕੋਈ ਤੌਲੀਏ ਦੀ ਲੋੜ ਨਹੀਂ ਕਿ ਉਹਦੇ ਨਾਲ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਸਾਡੇ ਨਾਲ ਨੇ ਬਲਵਿੰਦਰ ਜਿੰਦਲ ਜੀ, ਜਿਨ੍ਹਾਂ ਨੇ ਇਸ ਚੀਜ਼ ਨੂੰ ਬਣਾਇਆ, ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਕਿਵੇਂ ਬਣਾਇਆ ਉਹਨਾਂ ਨੇ ਅਤੇ ਇਹ 'ਤੇ ਕਿੰਨੀ ਲਾਗਤ ਆਈ ਹੈ। ਬਲਵਿੰਦਰ ਜਿੰਦਲ ਜੀ, ਤੁਹਾਡਾ ਦੈਨਿਕ ਸਵੇਰਾ 'ਤੇ ਸਵਾਗਤ ਹੈ। ਇਹ ਕੀ ਹੈਗਾ, ਤੁਸੀਂ ਪਹਿਲਾਂ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਦਰਸ਼ਕਾਂ ਨੂੰ। ਇਹ ਸਰ ਬੋਡੀ ਸੈਨੀਟਾਈਜ਼ਰ ਟਨਲ ਬਣਾਈ ਹੈਗੀ, ਜਿਸ ਦੇ ਵਿੱਚ ਅਸੀਂ ਇਹ 3 ਸਟੇਸ਼ਨ ਬਣਾਇਆ। ਪਹਿਲਾਂ ਬੰਦਾ ਹੈਂਡ ਵਾਸ਼ ਕਰੂਗਾ, ਹੈਂਡ ਵਾਸ਼ ਲਈ ਜਿਹੜੀ ਇਹਦੇ ਵਿੱਚ ਟੈਪ ਲਗਾਈ ਆ ਉਹ ਵੀ ਫੋਟੋਪ੍ਰੇਟ ਟੈਪ ਲਗਾਈ ਆ ਤਾਂ ਕਿ ਕਿਸੇ ਚੀਜ਼ ਨੂੰ ਟੱਚ ਨਾ ਕਰਨਾ ਪਵੇ। ਔਰ ਉਸ ਤੋਂ ਬਾਅਦ ਹੈਂਡ ਵਾਸ਼ ਕਰਨ ਤੋਂ ਬਾਅਦ ਇਸ ਟਨਲ ਦੇ ਵਿੱਚ ਦੀ ਬੰਦਾ ਕ੍ਰੋਸ ਕਰੂਗਾ, ਔਰ ਅੱਗੇ ਜਦੋਂ ਬਾਹਰ ਨਿਕਲੂਗਾ ਉਸ ਨੂੰ ਹੈਂਡ ਡਰਾਇਰ ਮਿਲੂਗਾ, ਜਿਸ ਦੇ ਇੱਕ ਬੋਡੀ ਡਰਾਇਰ ਅਤੇ ਹੈਂਡ ਡਰਾਇਰ ਦਾ ਅਸੀਂ ਪੂਰਾ ਯੂਨਿਟ ਲਗਾਇਆ। ਉਸ ਦੀ ਬੋਡੀ ਵੀ ਡਰਾਈ ਹੋ ਜੂਗੀ ਔਰ ਹੈਂਡਸ ਵੀ ਉੱਥੇ ਉਹ ਡਰਾਈ ਕਰਕੇ ਅੱਗੇ ਜਾਊਗਾ। ਜਿੰਦਲ ਸਾਹਿਬ, ਇਹ 'ਤੇ ਕਿੰਨੀ ਕੁ ਕੋਸਟਿੰਗ ਆਈ ਹੈ, ਕਿੰਨਾ ਕੁ ਖਰਚਾ? ਇਹ ਜਿਹੜਾ ਯੂਨਿਟ ਅਸੀਂ ਬਣਾਇਆ ਜੀ, ਇਸ ਦੇ ਉੱਤੇ 1.5 ਲੱਖ ਰੁਪਇਆ ਕੋਸਟ ਆਇਆ। ਔਰ ਹੁਣ ਅਸੀਂ ਨੇ 2 ਮਾਡਲ ਇਹਦੇ ਵਿੱਚ ਹੋਰ ਤਿਆਰ ਕੀਤੇ, ਇੱਕ ਥੋੜ੍ਹਾ ਇਕਨੋਮੀਕਲ ਕੀਤਾ ਜਿਹੜਾ 1 ਲੱਖ ਰੁਪਏ ਦੀ ਕੋਸਟ ਦੇ ਵਿੱਚ ਬਣੂਗਾ, ਔਰ ਇੱਕ ਇਸ ਤੋਂ ਵੱਡਾ ਅਸੀਂ ਯੂਨਿਟ ਬਣਾ ਰਹੇ ਹਾਂ, ਆਟੋਮਾਈਜੇਸ਼ਨ ਵੀ ਆ ਉਸ ਦੇ ਵਿੱਚ, ਉਹ ਤਕਰੀਬਨ 2 ਲੱਖ ਰੁਪਏ ਉਹਦੇ ਅਪਰੋਕਸੀਮੇਟਲੀ ਕੋਸਟ ਹੋਊਗੀ। ਮੰਡੀਆਂ ਦੇ ਵਿੱਚ ਭੀੜ ਹੁੰਦੀ ਆ, ਤੁਹਾਨੂੰ ਪਤਾ ਮੰਡੀਆਂ ਦੇ ਵਿੱਚ ਕਿਸਾਨ ਆਉਂਦੇ ਨੇ, ਮਜ਼ਦੂਰ ਆਉਂਦੇ ਨੇ, ਕੀ ਇਹ ਉਨੇ ਲੋਕਾਂ ਵਾਸਤੇ ਕੰਮ ਕਾਰਗਰ ਸਾਬਤ ਹੋਊਗਾ? ਬਿਲਕੁਲ ਸਾਬਤ ਹੋਊਗਾ, ਜਿਹੜਾ ਅਸੀਂ ਉਹ 2 ਲੱਖ ਰੁਪਏ ਵਾਲਾ ਉਹ ਮੰਡੀਆਂ ਲਈ ਅਸੀਂ ਬਣਾ ਰਹੇ ਹਾਂਗੇ, ਉਸ ਦਾ ਡਿਜ਼ਾਈਨ ਬਣ ਚੁੱਕਿਆ, ਬਸ ਉਸ ਨੂੰ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਫਿਜ਼ੀਕਲੀ ਬਣਾ ਦਾਂਗੇ। ਔਰ ਉਹ ਮਾਡਲ ਮੈਕਸੀਮਮ ਲੋਕਾਂ ਨੂੰ ਤਕਰੀਬਨ 1000 ਪਰਸਨ ਪਰ ਆਰ ਉਹਦੇ ਵਿੱਚ ਦੀ ਕ੍ਰੋਸ ਕਰ ਸਕਦਾ ਹੈ, ਜੋ ਮੰਡੀਜ਼ ਲਈ ਬਹੁਤ ਕਾਰਗਰ। 1000 ਬੰਦਾ ਉਹਦੇ ਵਿੱਚੋਂ ਆਰਾਮ ਨਾਲ ਨਿਕਲ ਜਾਏਗਾ। ਹਾਂ, ਅਤੇ ਇਹਦੀ ਸੈਨੇਟਾਈਜ਼ ਵਾਸਤੇ ਕਿੰਨੀ, 1000 ਬੰਦਾ ਜਿਹੜਾ ਸੈਨੇਟਾਈਜ਼ ਆਪਾਂ ਭਰਾਂਗੇ ਇਹਦੇ ਵਿੱਚ, ਉਹ ਕਿੰਨੀ ਕੁ ਦੁਆਰੇ ਰਿਫਲ ਕਰਨਾ ਪੈਣਾ? ਸਰ ਉਹਦੇ ਵਿੱਚ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈ, ਉਹ ਤਾਂ ਟੈਂਕ ਜਿੰਨੇ ਵੀ ਸਾਈਜ਼ ਦਾ ਅਸੀਂ 8 ਘੰਟੇ ਦੇ ਅਕੋਰਡਿੰਗ ਵੀ ਲਗਾ ਸਕਦੇ ਹਾਂ, 16 ਘੰਟੇ ਦਾ ਵੀ ਲਗਾ ਸਕਦੇ ਹਾਂ, 24 ਘੰਟੇ ਦਾ ਵੀ ਲਗਾ ਸਕਦੇ ਹਾਂ, ਉਹ ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਡਿਪਟੀ ਕਮਿਸ਼ਨਰ ਵੱਲੋਂ ਤੁਹਾਨੂੰ ਤੁਸੀਂ ਮਿਲੇ ਸੀ ਅੱਡੀ ਸਾਹਿਬ ਨੂੰ, ਉਹਨਾਂ ਨੇ ਕੀ ਕਿਹਾ ਇਸ ਪ੍ਰੋਜੈਕਟ ਨੂੰ ਲੈ ਕੇ? ਉਹਨਾਂ ਨੂੰ ਪ੍ਰੋਜੈਕਟ ਬਹੁਤ ਵਧੀਆ ਲੱਗਿਆ, ਔਰ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਇਹ ਯੂਨਿਟ ਹੋਰ ਵੀ ਕਈ ਜਗ੍ਹਾ 'ਤੇ ਲਗਵਾਵਾਂਗੇ ਔਰ ਜਲਦੀ ਸਾਨੂੰ ਹੋਰ ਆਰਡਰ ਦੇਣਗੇ। ਸਾਨੂੰ 2 ਆਰਡਰ ਆਲਰੇਡੀ ਮਿਲ ਚੁੱਕੇ ਨੇ, ਜੋ ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਨੇ ਸਾਨੂੰ ਆਰਡਰ ਦਿੱਤਾ ਹੈਗਾ, ਔਰ ਇਹ 2 ਯੂਨਿਟ ਨੇ ਜਿਹੜਾ ਇਹ, ਇੱਕ ਤਾਂ SSP ਆਫਿਸ ਸੰਗਰੂਰ ਦੇ ਵਿੱਚ ਲੱਗਣ ਜਾ ਰਿਹਾ, ਔਰ ਇੱਕ SSP ਆਫਿਸ ਪਟਿਆਲਾ ਦੇ ਵਿੱਚ ਲੱਗਣ ਜਾ ਰਿਹਾ। ਅਤੇ ਮੰਡੀਆਂ ਦੇ ਵਿੱਚ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਤਿਆਰ ਹੋ ਜਾਣਗੇ ਅਤੇ ਮੰਡੀਆਂ ਦੇ ਵਿੱਚ ਲੱਗ ਜਾਣਗੇ? ਮੰਡੀਕਰਨ ਬੋਰਡ ਸਾਡੇ ਨਾਲ ਲਿੰਕ ਦੇ ਵਿੱਚ ਹੈ, ਉਹ ਹੋ ਸਕਦਾ ਵੀ 2-4 ਦਿਨਾਂ ਦੇ ਵਿੱਚ ਸਾਨੂੰ ਆਰਡਰ ਫਾਈਨਲ ਕਰ ਦੇਣਗੇ, ਔਰ ਜਿਸ ਦਿਨ ਸਾਡੇ ਪਾਸ ਆਰਡਰ ਆਉਂਦਾ ਵਿਦਨ 3 ਡੇਜ਼ ਅਸੀਂ ਇੰਸਟਾਲ ਕਰਨਾ ਸ਼ੁਰੂ ਕਰ ਦਾਂਗੇ। ਇਹ ਸੀਗੇ ਬਲਵਿੰਦਰ ਜਿੰਦਲ ਜੀ, ਜਿਨ੍ਹਾਂ ਨੇ ਇਹ ਪ੍ਰੋਜੈਕਟ ਤਿਆਰ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਇਹ 3 ਦਿਨ ਦੇ ਵਿੱਚ ਇਹ ਮੰਡੀਆਂ ਵਾਸਤੇ ਪ੍ਰੋਜੈਕਟ ਤਿਆਰ ਕਰ ਦੇਣਗੇ ਅਤੇ ਮੰਡੀਆਂ ਦੇ ਵਿੱਚ ਇੰਸਟਾਲ ਹੋ ਜੂਗਾ। ਇਹਨਾਂ ਦਾ ਬਸ ਸਿਰਫ ਇਹਨਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਇਹਨਾਂ ਨੂੰ ਹਰੀ ਝੰਡੀ ਮਿਲੇ ਅਤੇ ਆਰਡਰ ਆਉਣ ਅਤੇ ਇਹ ਨਾਲ ਦੀ ਨਾਲ ਤਿਆਰ ਕੀਤਾ ਜਾਊਗਾ। ਸੰਗਰੂਰ ਤੋਂ ਸਚਿਨ ਧੰਜਸ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।